ਜੈ ਕ੍ਰਿਸ਼ਨਾ। ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ, ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ ਅਤੇ ਪੂਰੇ ਸ਼ਹਿਰ ਵਿੱਚ ਅੱਜ ਉਹ ਸਾਹ ਵੇਖਣ ਵਾਲਾ ਸੀ। ਸ਼ਹਿਰ ਦੇ ਮਤਲਬ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿੱਦਾਂ ਮਨਾਇਆ ਜਾਂਦਾ। ਅਤੇ ਇੱਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚ ਜਿਹੜੇ ਆ, ਇੱਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ। ਅੱਜ ਦਾ ਪ੍ਰੋਗਰਾਮ ਜੀ, ਇੱਕ ਤਾਂ ਸਾਡੇ ਸਨਾਤਨ ਧਰਮ 'ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਂ ਵਧਾਉਣ ਵਾਲਾ, ਅਤੇ ਦੂਸਰਾ ਇੱਕ ਸਾਡੇ ਗਾਂ ਮੈਸੇਜ ਆਉਂਦਾ ਬੱਚਿਆਂ ਨੂੰ, ਸਾਡੇ ਸਮਾਜ ਨੂੰ ਮੈਸੇਜ ਆਉਂਦਾ ਕਿ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਹਾਂ ਕਿ ਸ਼ਾਇਦ ਥੋੜ੍ਹਾ ਜਿਹਾ ਤਿਉਹਾਰ ਜਿਹੜਾ ਕਿ ਲੋਕ ਖਰਾਬ ਕਰਦੇ, ਪਰ ਹੋਲੀ ਇਸ ਹਿਸਾਬ ਨਾਲ ਵੀ ਮਨਾਈ ਜਾ ਸਕਦੀ ਹੈ। ਪ੍ਰਭੂ ਦੇ ਰੰਗ 'ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਹੈ। ਪ੍ਰਭੂ ਦੀ ਲੀਲਾ ਜੀ, ਅੱਜ ਇੱਦਾਂ ਸਾਕਸ਼ਾਤ ਇੱਦਾਂ ਹੀ ਜਿੱਦਾਂ ਪ੍ਰਭੂ ਹੀ ਸਾਡੇ ਵਿੱਚ ਆ ਕੇ ਹੋਲੀ ਮਨਾ ਰਹੇ ਆ, ਅਤੇ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ, ਸਭ ਦਾ ਸਹਿਯੋਗ ਨਾਲ ਹੀ ਕੁਛ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ, ਸਭ ਤੁਹਾਡੇ ਸ਼ਹਿਰ ਦੇ ਯੋਗਦਾਨ ਨਾਲ ਹੀ ਹੁੰਦੇ ਆ। ਅਤੇ ਗਾਂ ਵੀ ਸਨਾਤਨ ਸ਼੍ਰੀ ਸਨਾਤਨ ਜਾਗਰਣ ਮੰਚ ਇੱਦਾਂ ਹੀ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਅਤੇ ਆਪਣੀ ਸੰਸਕ੍ਰਿਤੀ ਬਾਰੇ ਆਉਣ ਵਾਲੇ ਸਾਡੇ ਬੱਚਿਆਂ ਨੂੰ, ਸਾਡੇ ਸਮਾਜ ਨੂੰ ਦੱਸਦਾ ਰਹੇਗਾ ਕਿ ਜਿਹੜੇ ਤਿਉਹਾਰ ਅਸੀਂ ਕਿਸੇ ਵੇਲੇ ਸੋਚਦੇ ਹਾਂ ਕਿ ਸ਼ਾਇਦ ਇਹ ਤਿਉਹਾਰ ਇਹਨੂੰ ਮਨਾਉਣ ਦੇ ਕੀ ਤਰੀਕੇ ਆ, ਉਹ ਆਪਾਂ ਇੱਕ ਉਹਦਾ ਅੱਜ ਉਦਾਹਰਣ ਦਿੱਤੀ ਹੈ। ਗਾਂ ਵੀ ਇੱਦਾਂ ਹੀ ਸ਼੍ਰੀ ਸਨਾਤਨ ਜਾਗਰਣ ਮੰਚ ਗਾਂ ਵੀ ਇੱਦਾਂ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ। ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਰਨਮ ਕਲੋਨੀ ਵਿੱਚ ਵੀ ਇੱਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਅਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤਾ ਜਾਏਗਾ ਅਤੇ ਉੱਥੇ ਵੀ ਸਭ ਪਹੁੰਚਣ ਅਤੇ ਉਹਨੂੰ ਵੀ ਆਪਾਂ ਧੂਮਧਾਮ ਨਾਲ ਮਨਾਏਗਾ। ਜੈ ਸ਼੍ਰੀ ਕ੍ਰਿਸ਼ਨ। ਕਾਰਜਕ੍ਰਮ ਸ਼੍ਰੀ ਸਨਾਤਨ ਜਾਗਰਣ ਮੰਚ ਕੀ ਤਰਫ ਸੇ ਵਿਸ਼ੇਸ਼ ਰੂਪ ਸੇ ਸ਼੍ਰੀ ਸ਼ਿਵਾਲਾ ਮੰਦਿਰ ਮੇ ਰੱਖਾ ਗਿਆ ਥਾ, ਜਿਸ ਕਾ ਉਦੇਸ਼ ਥਾ ਕਿ ਜੋ ਹੋਲੀ ਕੇ ਸਤਸੰਗ ਚੱਲ ਰਹੇ ਹੈ ਹਮਾਰੇ 17 ਤਰੀਕ ਸੇ ਸਨਾਤਨ ਜਾਗਰਣ ਮੰਚ ਕੀ ਤਰਫ ਸੇ ਜੋ ਹੋਲੀ ਕੇ ਸਤਸੰਗ ਨਗਰ ਕੇ ਵਿਭਿੰਨ ਭਾਗੋ ਮੇ ਹੋ ਰਹੇ ਹੈ, ਇਸੀ ਸ਼੍ਰਿੰਖਲਾ ਮੇ ਆਜ ਕਾ ਜੋ ਸਨਾਤਨ ਸ਼੍ਰੀ ਸਨਾਤਨ ਜਾਗਰਣ ਮੰਚ ਕਾ 5ਵਾਂ ਸਤਸੰਗ ਸ਼੍ਰੀ ਸ਼ਿਵਾਲਾ ਮੰਦਿਰ ਮੇ ਥਾ, ਜਿਸ ਮੇ ਭਕਤੋਂ ਨੇ ਬਹੁਤ ਹੀ ਉਤਸਾਹ ਕੇ ਸਾਥ ਭਾਗ ਲਿਆ ਹੈ ਔਰ ਸਨਾਤਨ ਜਾਗਰਣ ਮੰਚ ਕੋ ਇਸੇ ਪ੍ਰੇਰਣਾ ਮਿਲੀ ਹੈ ਕਿ ਆਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰ ਹੈ ਉਹ ਕਰਤਾ ਰਹੇ। ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ, ਅੱਜ ਉਸਦਾ 5ਵਾਂ ਪ੍ਰੋਗਰਾਮ 5ਵਾਂ ਸਤਸੰਗ ਸੀਗਾ ਜੋ ਕਿ ਸ਼ਿਵਾਲਾ ਮੰਦਿਰ ਮੇਨ ਬਾਜ਼ਾਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ 'ਚ ਉਤਸ਼ਾਹ ਦੇਖਿਆ ਗਿਆ, ਭਗਵਾਨ ਦੇ ਪ੍ਰਤੀ ਕਿੰਨਾ ਪਿਆਰ, ਲੋਕ ਝੂਮ ਉੱਠੇ ਠਾਕੁਰ ਜੀ ਦੇ ਭਜਨਾਂ ਦੇ ਉੱਤੇ। ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਨਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ ਹੋਲੀ ਦੇ ਉਪਲਕਸ਼ ਦੇ ਵਿੱਚ, ਅਤੇ ਔਰ ਉਸ ਦੇ ਨਾਲ ਹੀ ਹੋਲੀਕਾ ਦਹਨ ਕੀਤਾ ਜਾਏਗਾ। ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਔਰ 9 ਵਜੇ ਤੱਕ ਚੱਲੇਗਾ, ਉਸ ਤੋਂ ਬਾਅਦ ਹੋਲੀਕਾ ਦਹਨ ਮਨਾਇਆ ਜਾਏਗਾ। ਉਸ ਦੇ ਵਿੱਚ ਠਾਕੁਰ ਜੀ ਦੇ ਭਜਨਾਂ ਦੇ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਲੋਕ ਝੂਮਦੇ ਆ, ਉੱਦਾਂ ਹੀ ਝੂਮਣਗੇ ਔਰ ਕਾਫੀ ਵਿਸ਼ਾਲ ਕਾਰਜਕ੍ਰਮ ਉਸ ਦੇ ਵਿੱਚ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਭਵੇ ਕਾਰਜਕ੍ਰਮ, ਹੋਲੀ ਦਾ ਇੱਕ ਭਵੇ ਕਾਰਜਕ੍ਰਮ ਕੀਤਾ ਜਾ ਰਿਹਾ।